ਐਕਸੀਡੈਂਟ ਹੁੰਦੇ ਨੇ ਜੀ, ਬਹੁਤ ਕੀਮਤੀ ਜਾਨਾਂ ਚਲੀ ਗਈਆਂ। ਹੁਣ ਵੀ ਬੱਸ ਇੰਨੀ ਤੇਜ਼ ਉਤਰੀ ਪੁਲ ਤੋਂ, ਦੋ ਮੋਟਰਸਾਈਕਲ ਵਾਲੇ ਬਜ਼ੁਰਗ ਕੁਚਲ ਤੇ ਜੀ ਇਹਨਾਂ ਨੇ। ਅੱਗੇ ਆਮ ਹੀ ਹੋ ਜਾਂਦਾ ਜੀ, ਇੱਥੇ ਅਸੀਂ ਕਹਿੰਦੇ ਵੀ ਆਹ ਪੁਲ ਦੀ ਦੇਖ ਰੇਖ ਕਰੀ ਜਾਵੇ, ਇਹਦਾ ਸਹੀ ਧਿਆਨ ਕੀਤਾ ਜਾਵੇ ਵੀ ਐਕਸੀਡੈਂਟ ਨਾ ਹੋਣ, ਇਹਨੂੰ ਵਧਾ ਕੇ ਗਾਹਾਂ ਲੈ ਜਾਣ, ਜਾਂ ਕੋਈ ਇੱਥੇ ਹੋਰ ਪ੍ਰਬੰਧ ਕੀਤਾ ਜਾਵੇ ਜੀ ਐਕਸੀਡੈਂਟ ਦਾ ਬਚਾ ਰਹੇ। ਲਗਭਗ ਜ਼ਿਆਦਾ ਹੁੰਦਾ ਪ੍ਰਾਈਵੇਟ ਗੱਡੀ ਦਾ ਐਕਸੀਡੈਂਟ, ਜਾਂ ਹੁੰਦਾ ਕਿਲੋਮੀਟਰ ਸਪੀਡ ਵਾਲੀ ਦਾ, ਨਾ ਕਦੇ ਟਰੱਕ ਦਾ ਐਕਸੀਡੈਂਟ, ਜਾਂ ਕਦੇ ਕਾਰ ਦਾ ਮਾੜਾ ਮੋਟਾ। ਬੰਦਾ ਮਾਰਨਾ ਨੁਕਸਾਨ ਨਹੀਂ, ਬੱਸਾਂ ਕਰਦੀਆਂ ਨੇ 2 ਕਿਲੋਮੀਟਰ ਸਕੀਮ ਜਾਂ ਪ੍ਰਾਈਵੇਟ। ਜਾਂ ਤਾਂ ਇਹਦਾ ਹੱਲ ਕੀਤਾ ਜਾਵੇ, ਜਿਹੜਾ ਖੁੱਡੀ ਨੂੰ ਰਾਹ ਜਾਂਦਾ ਹੈ ਇਹਨੂੰ ਕਿਸੇ ਤਰੀਕੇ ਨਾਲ ਹੋਰ ਗਾਹ ਤੋਂ ਜਾ ਕੇ ਮੋੜਿਆ ਜਾਵੇ, ਨਹੀਂ ਤਾਂ ਤਕਰੀਬਨ ਲੋਕਾਂ ਦੀਆਂ ਜਾਨਾਂ ਜਾਈ ਜਾਣਗੀਆਂ, ਇੱਥੇ ਹੀ ਇਕੱਠ ਹੋ ਜਾਏ, ਕੋਈ ਰੌਲਾ ਪਾ ਕੇ ਹਰ ਜਗ੍ਹਾ। ਪੁਲਿਸ ਪ੍ਰਸ਼ਾਸਨ ਆਉਂਦਾ, ਉਦੋਂ ਬਾਅਦ ਬੰਦੇ ਮਰ ਜਾਂਦੇ ਨੇ, ਰੋਜ਼ ਦਾ ਕੰਮ, ਰੋਜ਼ ਕੰਮ। ਅੱਗੇ ਪਿੱਛੇ ਕੋਈ ਨਹੀਂ ਆਉਂਦਾ, ਕੱਟ ਭੀੜ ਲੱਗੀ ਰਹਿੰਦੀ ਆ, ਹੋਰ ਲੱਗੀ ਰਹਿੰਦੀ ਆ, ਜਦੋਂ ਨੁਕਸਾਨ ਹੋ ਜਾਂਦਾ ਉਦੋਂ ਇਕੱਠੇ ਹੋ ਜਾਂਦੇ ਨੇ ਚਾਰ ਬੰਦੇ, ਉਦੋਂ ਬਾਅਦ ਦੂਜੇ ਦਿਨ ਫਿਰ ਭੁੱਲ ਜਾਂਦੇ, ਜਿਹਦਾ ਮਰ ਜਾਂਦਾ ਉਹਦਾ ਉਹਨੂੰ ਪਤਾ ਹੁੰਦਾ ਵੀ ਮੇਰਾ ਕੀ ਹੋ ਗਿਆ। ਅਸੀਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਹਰ ਰੋਜ਼ ਇੱਥੇ ਕੀਮਤੀ ਜਾਨਾਂ ਜਾਂਦੀਆਂ ਨੇ, ਅਸੀਂ ਬਹੁਤ ਵਾਰੀ ਲਿਖ ਲਿਖ ਕੇ ਵੀ ਦੇ ਚੁੱਕੇ ਪਰ ਇਹਨਾਂ ਨੇ ਕੋਈ ਗੌਰ ਨਹੀਂ ਕੀਤੀ ਪ੍ਰਸ਼ਾਸਨ ਨੇ। ਇੰਨੀਆਂ ਬੱਸਾਂ ਪ੍ਰਾਈਵੇਟ ਇੰਨੀ ਤੇਜ਼ ਬੱਸ ਉੱਪਰੋਂ ਆ ਰਹੀ ਆ, ਅੱਜ ਜਿਹੜੀਆਂ 2 ਜਾਨਾਂ ਗਈਆਂ ਨੇ ਉਹ ਇੱਕੋ ਸਾਈਡ ਤੋਂ ਆ ਰਹੇ ਆ, ਪਿੱਛੋਂ ਬੱਸ ਇੰਨੀ ਤੇਜ਼ ਆ ਰਹੀ ਆ ਕਿ ਉਹਨੂੰ ਕੁਚਲ ਕੇ ਤੁਰ ਗਈ। ਅਸੀਂ ਇਸ ਨੂੰ ਪ੍ਰਸ਼ਾਸਨ ਨੂੰ ਵੀ ਇਹੀ ਕਹਿੰਦੇ ਹਾਂ ਵੀ ਇਹਦੀ ਕੋਈ ਰਫ਼ਤਾਰ ਬੰਨੀ ਜਾਵੇ, ਪੁਲ ਦੇ ਉੱਤੋਂ ਆਉਣ ਦੀ ਗੱਡੀ ਦੀ ਕੋਈ ਰਫ਼ਤਾਰ ਨਿਸ਼ਚਿਤ ਕੀਤੀ ਜਾਵੇ ਕਿ ਜਾਨਾਂ ਨਾ ਜਾਣ, ਕੀਮਤੀ ਜਾਨਾਂ ਨਾ ਜਾਣ, ਜਾਂ ਇਹਨੂੰ ਕੁਛ ਨਾ ਕੁਛ ਅੱਗੇ ਵਧਾਇਆ ਜਾਵੇ, ਸਾਡੀ ਇਹੀ ਚਿਰ ਤੋਂ ਮੰਗ। ਐਕਸੀਡੈਂਟ ਹੁੰਦੇ ਆ ਰੋਜ਼, ਹਰ ਰੋਜ਼ ਹੁੰਦੇ ਆ, ਜਦ ਤੱਕ ਵੀ ਹੰਪਾਂ ਦਾ ਇੱਥੇ ਬਣਾਇਆ ਜਾਵੇ ਵੀ ਹੰਪ ਨਾਲ ਥੋੜ੍ਹੀ ਸਪੀਡ ਆ ਜਿਹੜੀ ਸਲੋ ਹੋ ਜਾਵੇ, ਬਹੁਤ ਤੇਜ਼ ਆਉਂਦੀਆਂ ਬੱਸਾਂ, ਰੋਜ਼ ਦਾ ਕੰਮ ਹੈ, 2-4 ਐਕਸੀਡੈਂਟ ਹਰ ਰੋਜ਼ ਹੁੰਦੇ। ਐਕਸੀਡੈਂਟ 'ਚ ਕਿੰਨੇ ਜਣੇ ਨੇ ਮੌਤ ਹੋਈ ਹੈਗੀ? ਉਹਨਾਂ ਦਾ ਦੋ ਜਣੇ ਬਾਕੀ ਹਸਪਤਾਲ ਲੈ ਕੇ ਗਏ ਆ। An excellent coaching point in IELTS and spoken English. Also expert in study and visitor visa. Government approved. SS Group. Session Chowk, Hoshiarpur.